SSP ਬਠਿੰਡਾ ਉਹਨਾਂ ਦੀ ਅਗਵਾਈ ਹੇਠ ਬਠਿੰਡਾ ਪੁਲਿਸ ਦੀ ਵੱਖ ਵੱਖ ਟੀਮਾਂ ਵੱਲੋਂ ਇੰਸਪੈਕਟਰ ਰਜਿੰਦਰ ਸਿੰਘ ਅਤੇ ਇੰਸਪੈਕਟਰ ਸੰਦੀਪ ਪਾਟੀ ਇਹਨਾਂ ਦੀ ਟੀਮਾਂ ਵੱਲੋਂ ਵੱਖ ਵੱਖ ਵਿਅਕਤੀਆਂ ਨੂੰ ਜਿਹੜੇ ਲੋਕਾਂ ਨੂੰ ਆ ਸ਼ਹਿਰ 'ਚ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸੀ ਅਤੇ ਮੋਟਰਸਾਈਕਲ ਚੋਰੀ ਕਰਦੇ ਸੀ ਉਹਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਦੇ ਚੱਲਦਿਆਂ ਟੋਟਲ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਟੋਟਲ 4 ਮੋਟਰਸਾਈਕਲ 1 ਵਾਰਦਾਤ ਜਿਹੜਾ ਪਰਸ ਅਤੇ ਆਪਣੇ ਮੋਬਾਈਲ ਫੋਨ ਸਨੈਚ ਕਰਦੇ ਸੀ ਵਿਅਕਤੀ ਉਹਨਾਂ ਵੱਲੋਂ ਵਰਤਿਆ ਗਿਆ ਬੁਲਟ ਮੋਟਰਸਾਈਕਲ ਅਤੇ 3 ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਗਏ ਨੇ ਅਤੇ ਇਸ ਤੋਂ ਬਿਨਾਂ 4 ਮੋਬਾਈਲ ਵੱਖ ਵੱਖ ਬ੍ਰਾਂਡਸ ਦੇ ਵੱਖ ਵੱਖ ਮਾਰਕਾ 4 ਸੌਰੀ ਮੋਬਾਈਲ ਫੋਨ ਬਰਾਮਦ ਕੀਤੇ ਗਏ ਨੇ ਉਹ ਜਿਹੜੇ ਵੀ ਸਨੈਚ ਹੋਏ ਸੀ ਉਸ ਨੇ ਅਤੇ 1000 ਰੁਪਇਆ ਕਰੰਸੀ ਜਿਹੜੀ ਉਹਨਾਂ 'ਚੋਂ ਸਨੈਚਿੰਗ ਹੋਏ ਉਹਨਾਂ ਨੇ ਕੋਈ ਵੀ ਆਮ ਦਫ਼ਤਰ ਉਹ ਬਰਾਮਦ ਕੀਤੀ ਗਈ ਹੈ ਅਤੇ ਜਿਹੜੇ ਗ੍ਰਿਫਤਾਰ ਕੀਤੇ ਵਿਅਕਤੀ ਨੇ ਉਹਨਾਂ 'ਚੋਂ 3 ਸਾਡੇ ਕੋਲ ਰਿਮਾਂਡ 'ਤੇ ਨੇ ਅਤੇ ਸਾਨੂੰ ਅਜੇ ਹੋਰ ਵੀ ਉਮੀਦ ਹੈ ਕਿ ਕੁਛ ਮੋਟਰਸਾਈਕਲ ਅਤੇ ਜਿਹੜੇ ਪਰਸ ਉਹਨਾਂ ਨੇ ਸਨੈਚ ਕੀਤੇ ਨੇ ਉਹਨਾਂ ਨੂੰ ਅਸੀਂ ਰਿਕਵਰ ਕਰ ਸਕਦੇ ਹਾਂ। ਗ੍ਰਿਫਤਾਰ ਕਿਹੜੇ ਕੀਤੇ? ਟੋਟਲ 5 ਵਿਅਕਤੀ ਗ੍ਰਿਫਤਾਰ ਕੀਤੇ ਗਏ ਨੇ, 3 ਥਾਣਾ ਕੋਟਵਾਲੀ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਅਤੇ 2 ਕਨਾਲ ਵੱਲੋਂ। ਕਿੱਥੋਂ ਰਹਿਣ ਵਾਲੇ ਸਾਰੇ ਸਾਰੇ ਇਹ ਵੱਖ ਵੱਖ ਥਾਵਾਂ ਦੇ ਰਹਿਣ ਵਾਲੇ ਨੇ? ਜਿਹੜੇ ਕੋਟਵਾਲੀ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਇਹਨਾਂ 'ਚੋਂ 2 ਨਥਾਣਾ ਦੇ ਰਹਿਣ ਵਾਲੇ ਨੇ ਅਤੇ 1 ਪਿੰਡ ਡੱਬਵਾਲੀ ਦਾ ਅਤੇ ਜਿਹੜੇ ਕਨਾਲ ਕਲੋਨੀ ਨੇ ਉਹ 1 ਫਾਜ਼ਿਲਕਾ ਜ਼ਿਲ੍ਹੇ ਦਾ ਪਿੰਡ ਘੁਬਾਇਆ ਦਾ ਅਤੇ ਦੂਜਾ ਝੁੰਬਾ ਜ਼ਿਲ੍ਹਾ। ਪਹਿਲਾਂ ਵੀ ਕੋਈ ਮੁਕੱਦਮਾ ਦਰਜ ਹੈ ਇਹਨਾਂ ਦੇ? ਹਾਂਜੀ ਪਹਿਲਾਂ ਵੀ ਕੋਈ ਮੁਕੱਦਮਾ ਦਰਜ? ਹਾਂਜੀ ਇਹਨਾਂ ਦੇ ਜਿਹੜੇ ਕਨਾਲ ਕਲੋਨੀ ਵੱਲੋਂ ਵਿਅਕਤੀ ਗ੍ਰਿਫਤਾਰ ਕੀਤੇ ਗਏ ਨੇ ਇਹਨਾਂ ਦੇ ਪਹਿਲਾਂ ਵੀ ਚੋਰੀ ਦੇ ਦਰਜ ਨੇ ਪਰ ਜਿਹੜੇ ਆ ਮੋਟਰਸਾਈਕਲ ਵਾਲੇ ਬੁਲਟ ਮੋਟਰਸਾਈਕਲ ਵਾਲੇ ਜਿਹੜੇ ਸਨੈਚਿੰਗ ਕਰ ਰਹੇ ਸੀ ਪਿੱਛੇ ਦੀ ਵੀਡੀਓ ਵੀ ਵਾਇਰਲ ਹੋਈ ਸੀ ਬਾਜ਼ਾਰ 'ਚੋਂ ਇਹਨਾਂ ਨੇ ਸਨੈਚਿੰਗ ਪਰਸ ਸਨੈਚ ਕੀਤੇ ਸੀ ਅਤੇ ਮੋਬਾਈਲ ਫੋਨ ਸਨੈਚ ਕੀਤੇ ਸੀ ਇਹਨਾਂ ਦੇ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਸੀ ਇਹਨਾਂ ਨੂੰ ਹੁਣ ਗ੍ਰਿਫਤਾਰ ਕਰਕੇ ਹੁਣ ਮੁਕੱਦਮਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ। ਜਿਹੜਾ ਮੋਟਰਸਾਈਕਲ ਨਾਲ ਕੋਈ ਬਰਾਮਦ ਹੋਇਆ ਉਹ ਇਹਨਾਂ ਦਾ ਆਪਦਾ ਜਾਂ ਉਹ ਵੀ ਕਿਸ ਰੁਖੋ ਕੀਤਾ ਗਿਆ? ਜਿਹੜਾ ਬੁਲਟ ਮੋਟਰਸਾਈਕਲ ਨਾਲ ਕੋਈ ਬਰਾਮਦ ਹੋਇਆ ਬੁਲਟ ਮੋਟਰਸਾਈਕਲ ਇਹਨਾਂ ਦਾ ਆਪਦਾ? ਇਹਨਾਂ ਦਾ ਇਹਨਾਂ ਦਾ ਆਪਣੇ ਅਤੇ ਜਿਹੜੇ 3 ਮੋਟਰਸਾਈਕਲ ਬਾਕੀ ਹੋਏ ਨੇ ਬਰਾਮਦ ਉਹ ਚੋਰੀ ਦੇ। ਕਿੰਨੀ ਕੀ ਉਮਰ ਹੈ ਜੀ ਸਰ ਇਹਨਾਂ ਦੀ? ਇਹਨਾਂ ਦੀ ਉਮਰ ਨੌਜਵਾਨ ਮੁੰਡੇ ਨੇ ਅਤੇ ਕਰੀਬ 25 ਸਾਲ ਤੋਂ ਘੱਟ ਹੀ ਨੇ। ਜਿਹੜੇ ਨੰਬਰ ਪਲੇਟ ਲੱਗੀ ਹੋਈ ਸੀ ਪਰ ਉਹਦੇ ਮਿੱਟੀ ਲੱਗ ਕੇ ਉਹਨੂੰ ਕਰੋ ਸਰ ਕਿੰਨਾ ਫਰਕ ਪੈ ਜਾਊ ਜਿਸ ਤਰ੍ਹਾਂ ਫੜਿਆ ਗਿਆ? ਸਾਨੂੰ ਉਮੀਦ ਹੈ ਕਿ 2-5 ਵਿਅਕਤੀ ਅਸੀਂ ਗ੍ਰਿਫਤਾਰ ਕੀਤੇ ਨੇ ਇਹਨਾਂ ਵੱਲੋਂ ਵਾਰ ਵਾਰ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਅਤੇ ਇਸ 'ਤੇ ਸੱਤ ਪਏ ਦੀ